ये माँ है हमारी मोमिनों की, और तो इतना नूर बयान करती है, और ये कौन है? निरे बशर थे। मगर जो निरे बशर होते उनके दांतों से रोशनी निकलती, तेरे भी तो दांत है। ਐਨੀ ਨੀ ਖਿਣ ਜੰਮੀ ਜਿਹੜਾ ਤੱਕ ਲਵੇ ਉਹਦਾ ਦਿਲ ਕਰਦਾ ਮਰਮ ਪੁੱਟ ਜਾਂਦੀ ਇੱਕ ਮੂੰਹ ਨੂੰ। ਚਵਲ ਦੇ ਪੁੱਤਰਾ ਜਾ ਮੈਡੀਕੇਮ ਨਾਲ ਮੂੰਹ ਧੋਇਆ ਕਰ ਜਾ। ਮੁਕਰਮੀ ਜਨਾਬ ਆਲੀ ਗੁਜ਼ਾਰਿਸ਼, ਹਲਾਲਾ ਕਿਆ ਹੈ? ਕੁਰਾਨ ਸੁਨਤ ਕੀ ਰੋਸ਼ਨੀ ਮੇਂ ਤੇ ਦੋ ਵਾਰੀ ਲਿਖੇ, ਇੱਕ ਵਾਰੀ ਹੈ ਨਾਲ ਤੇ ਇੱਕ ਵਾਰੀ ਹੈ ਨਾ। ਬੜਾ ਡਾਡਾ ਬੰਦਾ ਬਾਈ ਕੋਈ, ਹੁਣ ਇਹ ਵਾਲਾ ਦੱਸਾਂ ਕਿ ਹੈ ਵਾਲਾ ਦੱਸ? ਕੁਰਾਨ ਸੁਨਤ ਕੀ ਰੋਸ਼ਨੀ ਦੇਖੋ, ਜਿਸ ਔਰਤ ਕੋ ਤਿੰਨ ਤਲਾਕੇ ਹੋ ਜਾਏ ਵੋ ਆਖਰੀ ਤਲਾਕ ਮੁਗਲਜ਼ਾ ਹੋਤੀ ਹੈ। ਤਿੰਨ ਹੋ ਗਈ ਮਜਲਸ ਵਾਹਿਦ ਮੇਂ, ਅਲਹਿਦਾ ਅਲਹਿਦਾ ਤਿੰਨ ਯਾ ਇਕੱਠੀ ਤਿੰਨ, ਕਿਸੀ ਨੇ ਤਲਾਕੇ ਦੇ ਦੀ ਤਿੰਨ ਕੇ ਲਫਜ਼ ਕੇ ਸਾਥ, ਤੋ ਵੋ ਔਰਤ ਉਸ ਸ਼ੌਹਰ ਕੇ ਲੀਏ ਜਿਸ ਨੇ ਤਿੰਨ ਤਲਾਕੇ ਦੀ, ਉਸਕੇ ਲੀਏ ਹਲਾਲ ਨਹੀਂ ਹੋਤੀ, ਉਸ ਪਰ ਵੋ ਹਮੇਸ਼ਾ ਕੇ ਲੀਏ ਆਰਾਮ ਹੋ ਜਾਤੀ। ਬਾਤ ਸਮਝ ਆ ਗਈ? ਇਨ ਤੱਲਾ ਕਹਾ, ਆਖਰੀ ਕੇ ਬਾਰੇ ਮੇਂ ਕੁਰਾਨ ਮੇਂ ਬਿਆਨ ਹੈ, ਫਇਨ ਤੱਲਾ ਕਹਾ ਫਲਾ ਤਹਿਲੁ ਲਹੁ ਮਿਨ ਬਾਦੁ ਹੱਤਾ ਤਨ ਕਿ ਹਾ ਜ਼ੌਜਨ ਗੈਰ। ਇਹ ਤੀਸਰੀ ਤਲਾਕ ਕੇ ਬਾਰੇ ਮੇਂ, ਤਲਾਕ ਮਰਤਾਨ ਪਹਿਲੇ ਕਹਿ ਦੀਆ, ਅਬ ਯਹ ਤੀਸਰੀ ਕੀ ਬਾਤ ਹੋ ਰਹੀ। ਤੋ ਤਿੰਨ ਕਿਸੀ ਨੇ ਦੇ ਦੀ ਇਕੱਠੀ ਜਾਂ ਮੁਤਫਰਕ, ਤੋ ਵੋ ਔਰਤ ਉਸ ਮਰਦ ਕੇ ਲੀਏ ਹਲਾਲ ਨਹੀਂ ਹੋਤੀ, ਹਰਾਮ ਹੈ, ਹਮੇਸ਼ਾ ਕੇ ਲੀਏ ਹਰਾਮ ਹੋ ਗਏ। ਅੱਛਾ, ਅਬ ਕੁਰਾਨ ਕਹਤਾ ਹੈ ਕਿ ਅਗਰ ਵੋ ਔਰਤ ਉਸ ਮਰਦ ਕੇ ਲੀਏ ਹਲਾਲ ਹੋਗੀ ਤੋ ਉਸਕੀ ਸੂਰਤ ਕਿਆ ਹੈ? ਉਸਕੀ ਸੂਰਤ ਯਹ ਹੈ, ਲਾ ਤਹਿਲੁ ਲਹੂ, ਵੋ ਔਰਤ ਹਲਾਲ ਨਹੀਂ ਹੈ ਉਸ ਮਰਦ ਕੇ ਲੀਏ, ਹੱਤਾ ਤਨ ਕਿ ਹਾ ਜ਼ੌਜਨ ਗੈਰਾ, ਯਹਾਂ ਤੱਕ ਕਿ ਵੋ ਔਰਤ ਨਿਕਾਹ ਕਰੇ ਕਿਸੀ ਔਰ ਮਰਦ ਸੇ। ਬਾਤ ਸਮਝ ਆ ਗਈ? ਤਿੰਨ ਤਲਾਕੇ ਹੋ ਚੁੱਕੀ, ਇਹ ਕੁਰਾਨ ਪਾਕ ਬਿਆਨ ਕਰੇ, ਕੋਈ ਫਿਕਾ ਵਿਕਾ ਨਹੀਂ ਹੈ, ਹਮਾਰੇ ਜ਼ਿੰਮੇ ਲਗਾ ਦਿੱਤੇ ਜੀ ਇਹ ਕਿ ਫਿਕਾ ਵਾਲੇ ਕਹਤੇ, ਫਿਕਾ ਵਾਲੇ ਕੁਰਾਨ ਸੇ ਕਹਤੇ। ਤਿੰਨ ਹੋ ਗਈ ਵੋ ਹਲਾਲ ਨਹੀਂ, ਲਾ ਤਹਿਲੁ ਲਹੂ, ਉਹ ਜਿਸ ਨੇ ਤਿੰਨ ਦੀ ਹੈ ਉਸਕੇ ਲੀਏ ਵੋ ਔਰਤ ਹਲਾਲ ਨਹੀਂ ਹੈ, ਯਹਾਂ ਤੱਕ ਕਿ ਵੋ ਔਰਤ ਨਿਕਾਹ ਕਰੇ ਕਿਸੀ ਦੂਸਰੇ ਮਰਦ ਕੇ ਸਾਥ। ਜੀ, ਉਹ ਦੂਸਰੇ ਮਰਦ ਕੇ ਸਾਥ ਨਿਕਾਹ ਕੀਆ, ਉਸਨੇ ਉਸੇ ਅਗਰ ਤਲਾਕ ਦੀ ਖਲਵਤ ਸਈਆ ਕੇ ਬਾਅਦ, ਉਸ ਜਬ ਤਲਾਕ ਹੋ ਗਈ ਤੋ ਪਹਿਲੇ ਵਾਲੇ ਮਰਦ ਜੋ ਹੈ ਨਾ ਜਿਸਕੇ ਨਿਕਾਹ ਮੇਂ ਥੀ, ਉਸਕੇ ਲੀਏ ਅਬ ਯਹ ਹਲਾਲ ਹੋ ਗਈ ਹੈ ਦੂਸਰੇ ਸ਼ੌਹਰ ਕੇ ਤਲਾਕ ਦੇਣੇ ਕੇ ਔਰ ਇੱਦਤ ਗੁਜ਼ਰਨੇ ਕੇ ਬਾਅਦ ਉਸਕੇ ਲੀਏ ਹਲਾਲ। ਯੇ ਜੋ ਨਿਕਾਹ ਉਸਕੇ ਲੀਏ ਇਸਨੇ ਹਲਾਲ ਕਰ ਦੀਆ, ਇਸ ਦੂਸਰੇ ਨਿਕਾਹ ਨੇ ਪਹਿਲੇ ਮਰਦ ਕੇ ਲੀਏ ਔਰਤ ਕੋ ਹਲਾਲ ਕੀਆ, ਯਾਨੀ ਅਬ ਚਾਹੇ ਤੋ ਵੋ ਨਿਕਾਹ ਉਸਸੇ ਕਰ ਲੇ, ਇਸ ਨਿਕਾਹ ਕੋ ਨਿਕਾਹੇ ਹਲਾਲਾ ਕਹਤੇ। ਯੇ ਜੋ ਦੂਸਰਾ ਆਪਨੇ ਪੁੱਛਾ ਹਲਾਲਾ, ਇਸਕੋ ਨਹੀਂ ਕਹਤੇ, ਇਹ ਵਾਲਾ ਜੋ ਹੈ ਠੀਕ ਹੈ, ਵੋ ਮੁਹੱਲਲ ਹੈ ਉਸਕੇ ਲੀਏ, ਜਿਸ ਨੇ ਪਹਿਲੇ ਤਲਾਕ ਦੀ ਥੀ ਉਸਕੇ ਲੀਏ ਮੁਹੱਲਲ ਹੈ ਯੇ, ਔਰ ਇਸ ਨਿਕਾਹ ਕੋ ਹਲਾਲਾ ਕਹਿ ਸਕਤੇ। ਅਬ ਸਮਝ ਆਈ? ਔਰ ਯੇ ਕੁਰਾਨ ਕਾ ਮਸਲਾ ਹੈ, ਦੂਸਰੇ ਪਾਰੇ ਦੂਸਰੇ ਹੀ ਹੈ, ਦੂਸਰੇ ਦੇ ਫਰੀਜੇ ਪਾ ਦੇ ਨੇੜੇ ਆਏ। ਜੀ, ਹਮਾਰੇ ਇਲਾਕੇ ਮੇਂ ਇਹ ਰਿਵਾਜ ਹੈ ਕਿ ਆਦਮੀ ਗਲਤੀ ਕਰਕੇ ਤਿੰਨ ਤਲਾਕੇ ਦੇਗਾ, ਤੋ ਵੋ ਪ੍ਰੋਗਰਾਮ ਕੇ ਮੁਤਾਬਿਕ ਇਸ ਤਰ੍ਹਾਂ ਕੇ ਨਿਕਾਹ ਅਗਲੇ ਕੇ ਕਰ ਦਿਆ ਜਾਤਾ ਹੈ ਨਿਕਾਹ, ਔਰ ਫਿਰ ਵੋ ਪ੍ਰੋਗਰਾਮ ਕੇ ਤਹਿਤ ਤਲਾਕ ਦੇਤਾ ਹੈ, ਫਿਰ ਪ੍ਰੋਗਰਾਮ ਕੇ ਤਹਿਤ ਪਹਿਲੇ ਨਹੀਂ ਅੰਗਰੇਜ਼ੀ ਨਾ ਬੋਲੇ, ਪ੍ਰੋਗਰਾਮ ਨਾ ਕਹੇ, ਕੋਈ ਔਰ ਲਫ਼ਜ਼ ਬੋਲੇ, ਇਹ ਪ੍ਰੋਗਰਾਮ ਕਾ ਕਿਆ ਮਤਲਬ ਹੈ ਯੇ ਤੋ ਮੁਝੇ ਸਮਝ ਨਹੀਂ ਹੈ। ਨਹੀਂ, ਇਰਾਦੇ ਕੇ ਬਗੈਰ ਤੋ ਕੋਈ ਕਾਮ ਨਹੀਂ ਹੋਤਾ। ਦੇਖੋ ਮੇਰੀ ਬਾਤ ਸੁਣੋ, ਅਗਰ ਅਕਦੇ ਸਾਨੀ ਕੇ ਵਕਤ, ਇਹ ਮਸਲਾ ਸਮਝੋ, ਬੜੀ ਅੱਛੀ ਬਾਤ ਕੀ ਆਪਨੇ, ਬੜੀ ਬੁਨਿਆਦੀ ਬਾਤ ਹੈ, ਲੇਕਿਨ ਪ੍ਰੋਗਰਾਮ ਨਾ ਬੋਲੇ ਉਸਮੇਂ, ਯੇ ਖਤਰਨਾਕ ਲਫ਼ਜ਼ ਹੈ, ਪ੍ਰੋਗਰਾਮ ਸੇ ਬਚਾਇਆ ਮੈਂ, ਪਹਿਲਾ ਪ੍ਰੋਗਰਾਮ ਹੀ ਗਲਾ ਬੈਠ ਗਿਆ, ਅਬ ਦੂਸਰਾ ਪ੍ਰੋਗਰਾਮ ਕੈਸੇ ਸ਼ੁਰੂ ਕਰੇਂਗੇ। ਹਾਂਜੀ, ਆਪਨੇ ਜੋ ਬਾਤ ਹੈ ਉਸ ਭਾਈ ਨੇ ਪੁੱਛੀ ਹੈ, ਬੜੀ ਬੁਨਿਆਦੀ ਬਾਤ ਹੈ, ਯੇ ਬਾਤ ਜ਼ਰੂਰ ਜ਼ਿਹਨ ਮੇਂ ਰੱਖੋ, ਇਹ ਬਹੁਤ ਬੁਨਿਆਦੀ ਬਾਤ ਹੈ। ਸੂਫੀ ਸਾਹਿਬ ਹੈ, ਸਾਦਾ ਸਾ ਰੁਮਾਲ ਨੂੰ ਬੰਦਾ ਸੁਰਖ ਰੰਗ ਕਾ, ਲੇਕਿਨ ਬੰਦਾ ਕਾਮ ਕਾ ਹੈ, ਬਿਲਕੁਲ ਸਹੀ ਬਾਤ ਪੁੱਛੀ ਇਸਨੇ। ਦੇਖੋ ਭਾਈ, ਹਮ ਅਹਲ ਸੁਨਤ ਵਾ ਜਮਾਤ ਹੈ, ਫਰੂ ਮੇਂ ਹਮਾਰੇ ਇਮਾਮ ਹੈ ਇਮਾਮ ਆਜ਼ਮ ਅਬੂ ਹਨੀਫਾ, ਆਪਨੇ ਵਾਜ਼ੇ ਤੌਰ ਪਰ ਯੇ ਲਿਖਾ ਹੈ
कि अगर कोई शख्स अक्द के वक्त कोई शर्त निकाह के साथ तलाक की कैद लगाता है या कोई प्रोग्राम रखता है उस वक्त कि ये तलाक तू देगा, फला वक्त देगा, ये फला दिन दे देगा, तो वो निकाह मुनाकिद ही नहीं होगा। क्यों? कि मुवक्कत निकाह शियों के नजदीक हो जाता है, जिसको निकाह मुता कहते हैं, वो मुवक्कत ही तो होता है। हम अहले सुन्नत व जमात के नजदीक निकाह मुवक्कत मुनाकिद ही नहीं होता। अगर ऐसा कोई प्रोग्राम जाहिर किया या शर्त हुई तो निकाह मुनाकिद ही नहीं होगा सिरे से। बात समझ आ रही? सिरे से वो निकाह होगा ही नहीं जिसमें कोई ये कैद लग गई या शर्त लग गई कि तू फलां वक्त तक तलाक देगा। क्यों? निकाह मुवक्कत हमारे सुन्नत के नजदीक हराम है, जायज है ही नहीं, होता ही नहीं, मनसूख है। बात समझ आई कि नहीं आई? हाँ। लेकिन एक बात सूफी जी मैं आपको बताऊंगा, वो बात ये है कि जिससे निकाह हलाला के लिए किया जाता है उसको कहना नहीं है, लेकिन अकलमंदो अगर खुद उसको पता चल जाए जी किसी राह जाते आदमी का ऐसे ही निकाह तो नहीं जड़ा जाता, जरूर पूछेगा तो सही, वह क्या मुसीबत है आपको, निकाह क्यों कर रहे हैं आप, मेरा क्यों निकाह कर रहे हैं आप, तब तो उन्हें बताना होगा कि ये मुसीबत है हमें। नहीं, बात समझ नहीं आई आपको? यानी एक है भाभियों का खाम खा का शोर होगा, एक है असल बात। मिसाल के तौर पर जिसको निकाह हलाले का निकाह जिस तरह कह कहते हैं, एक उर्फ में कहा जाता है, वो जिस आदमी को बेप्रोग्रामा आप ये कहेंगे साहब इधर आए जी निकाह करा लेनी, नहीं बात समझ आई आप, पूछेगा तो सही, भाई ये क्या बड़ा है भाई, इस गांव की कोई आदत है इस तरह बरा गुजरते आदमी के निकाह हो जाते हैं, पूछता तो जरूर है ना। तो मतलब कहने का मेरा क्या है कि अगर उसको निकाह के वक्त मजलिस से निकाह में कोई कैद नहीं लगाई, वैसे उनको इसकी मजबूरी का पता है कि ये मेरा निकाह क्यों कर रहे हैं, जेहन में मौजूद हो, तो इससे कोई हर्ज नहीं है। ये जो प्रोग्राम का लफ्ज आपने बोला ना, ये उसका मैं जवाब दे रहा हूं, मतलब कि उस पर कोई कैद अगर लगाएंगे निकाह करते वक्त के 10 दिन के बाद तू तलाक देगा या 5 दिन के बाद, 3 दिन के बाद, या हम बिस्तरी करके फिर तू तलाक देगा, तो ये गलत है। ऐसी कैद लगेगी निकाह होगा ही नहीं। हनफियों के मसलक में जिसमें कैद मौजूद है वक्त की, निकाह मुनक्किद नहीं होता। लेकिन पहले से पता होना ये तो फितरी बात है। क्यों? कि जो मतलब ढोल नहीं बजे, कोई उसका मतलब दूल्हा नहीं बना, कोई कार्ड नहीं छपा, ऐसे राह गुजरू निकाह होना शुरू हो गया तो पता तो करेगा कि क्यों हो रहा है। तब कोई कहे जी जिक्र भी क्यों हुआ, तो ये बात गलत है। जिक्र तो होगा ही होगा भाई, जिसका बेप्रोग्रामा निकाह हो रहा है उसका जिक्र ही ना होगा क्यों हो रहा है, ये तो बेचारा खुद चाहे कितना बड़ा बदमाश भी हो तब भी पूछने पर मजबूर होगा कि क्यों हो रहा है। नहीं समझ आ रही आप? पूछेगा जरूर वह क्यों हो रहा है, तो उसको पता हो भाई इसलिए हो रहा है, इनकी कोई मजबूरी है, इसमें अर्ज नहीं। अगर मजलिस निकाह में जिक्र किया या उसके साथ शर्त बांधी कि तू इतने वक्त में तलाक देगा, मुअक्कत निकाह मुनक्किद नहीं होगा। और इससे आइम्मा को अगर मौजूद हो या आइम्मा मसाजिद जो निकाह कराते हैं, तो इस बात को जहन में रखें कि मजलिस निकाह में ऐसी कोई शर्त अगर मजकूर हो गई निकाह मुनक्किद नहीं होगा। जी हाँ, तो हम कोई हलाला करने हलाला कराने के मुद्दई नहीं है। हम ये कहते हैं कि तीन दो ही नहीं हो मुसलमानों, तीन ना दो, एक ही दो या दो दो बस। उस वे जब देनी होती ना तलाक, पक करना रखनी ही नहीं, अजय ही देनी परता ही ना, तो मैं कह एक भी दे दो ना एक तलाक बायन तो परतदी नहीं, बिल्कुल बिल्कुल नहीं परतदी। लेकिन जे परतानी हो हलाला नहीं कढ़ना पौधा, मियां बीवी का आपस में निकाह हो जाते। लेकिन इमाम मस्जिद और मौलवी जितने बैठे हुए हाथ जोड़ के तुम्हारे सामने अर्ज करना है, बहुत बड़ा फितना जे जिस वेले कोई तलाक देने लगे तो कभी भी तीन ना देने दो, उसनू एक ही तलाक बायन दिलाओ, उन्होंने कहो जे देनी है तो एक तलाक बायन दे, या दो तलाक दे दे, या एक तलाक बायन दे दे, बस ये लफ्ज बोल एक तलाक बायन बस। क्यों? के ना परतानी हो कभी भी नहीं परतती, निकाह उससे वेले निकल जाती जिसे चाहे कर सकती, जे त्रै दे बांधे बगैर प्रोग्राम में फिर की मुदस्सर रोंदा जी हुण मैं की कर। मैं कहा तो जड़ा मुजम्मल भाभी होण लगा ओदा नहीं पता, फिर पुछदे जी हुण फिकह ही बदलो मजहब ही बदलो, मैं कहा पहले सोचिया नहीं हुण मजहब बदलो। बात समझ नहीं आई? ये बहुत बड़ा अलमी है साडा अहले सुन्नत व जमात वास्ते, बड़ी मुसीबत का मकाम है। अहले सुन्नत अवाम अल्लाह तुहानू वस्ता रखे, कदी इसकी जरूरत ना पवे, लेकिन जे पवे
تے با خدا صرف ایک بائن دے دیو او دے نال